ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ? ਹਾਂਜੀ, ਮੈਂ ਮਲਕੀਤ ਸਿੰਘ ਬੋਲਦਾ ਜੀ। ਮਲਕੀਤ ਜੀ, ਹਾਂਜੀ, ਜੰਡਿਆਲਾ ਸਕੂਲ ਤੋਂ ਬੋਲ ਰਹੇ ਸਰ ਜੀ? ਬਤਾਈਏ ਬਤਾਈਏ ਮਲਕੀਤ ਜੀ। ਹਾਂਜੀ, ਤੇ ਮੈਂ ਕਿਹਾ ਜਿਹੜੀ ਸ਼ੀਟ ਆ ਇਹ ਕਿਹੜੇ ਬੰਦੇ ਨੂੰ ਦੇਤੀ ਜੀ? ਜਿਹੜੇ ਬੰਦੇ ਵਰਕਰਾਂ ਕੰਮ ਕੀਤਾ ਉਹਨਾਂ ਨੂੰ ਤਾਂ ਸ਼ੀਟ ਦਿੱਤੀ, ਕਿਸੇ ਨੂੰ ਨਹੀਂ ਆ? ਹੈਂ, ਜਿਹੜੀ ਸ਼ੀਟ ਦੇਤੀ ਤੁਸੀਂ, ਆ ਜਿਹੜਾ ਬੰਦਾ ਜਿਹੜੀ ਜੰਡਿਆਲੇ ਵਾਲੇ ਦੇਤੀ ਹਰਭਜਨ ਸਿੰਘ ਨੂੰ, ਇਹ ਕੌਣ, ਇਹ ਕੌਣ ਬੰਦਾ? ਇਹ ਤੇ ਇੱਕ ਦਿਨ ਵੀ ਪਾਰਟੀ 'ਚ ਨਹੀਂ ਆਇਆ। ਇਹ ਪਤਾ ਨਹੀਂ ਹੋਗਾ, ਆਏ ਨਹੀਂ ਆਏ? ਨਹੀਂ ਨਹੀਂ ਮਾਰੇ ਕੋ ਰਹਿਤੇ ਤੋ ਹਮ ਤੇ ਪਾਰਟੀ ਮੇ, ਲੇਕਿਨ ਇਹ ਬੰਦਾ ਤੋ ਇੱਕ ਦਿਨ ਵੀ ਪਾਰਟੀ ਮੇ ਨਹੀਂ ਆਇਆ। ਕਹਾਂ ਪਾਰਟੀ ਮੇ ਆਪ? ਹਾਂਜੀ, ਕਹਾਂ ਜੰਡਿਆਲਾ ਗੁਰੂ ਸੇ? ਜੰਡਿਆਲਾ ਗੁਰੂ ਸੇ ਬੋਲ ਰਹੇ ਹੈ। ਹਮ ਰਾਤ ਦਿਨ ਪਾਰਟੀ ਕੇ ਲਈ ਕਾਮ ਕਰ ਰਹੇ ਥੇ, ਯੇ ਤੋ ਬੰਦਾ ਇੱਕ ਦਿਨ ਵੀ ਪਾਰਟੀ ਮੇ ਨਹੀਂ ਆਇਆ। ਇਸਕੋ ਪਤਾ ਹੀ ਨਹੀਂ, ਜਿਤਨੇ ਵਲੰਟੀਅਰ ਉਨਕੋ ਪਤਾ ਹੀ ਨਹੀਂ ਯੇ ਬੰਦਾ ਹੈ ਕੌਣ ਹੈ। ਅੱਛਾ, ਜ਼ਿਆਦਾਤਰ ਵਲੰਟੀਅਰ ਤੋ ਉਨਕੋ ਬਧਾਈ ਦੇ ਰਹੇ ਹੈ ਹਮਾਰੇ। ਨਹੀਂ ਤੋ ਸਰ, ਆਪ ਯੇ ਬਤਾਈਏ ਨਾ, ਪਹਿਲੇ ਤੋ ਆਪ ਬੋਲਾ ਕਰਤੇ ਥੇ ਕਿ ਜੋ ਵਰਕਰ ਹੈ ਉਸਸੇ ਪੁੱਛ ਕਰ ਟਿਕਟ ਦਿਆ ਜਾਏਗਾ, ਹਰ ਇਨਸਾਨ ਉਸਕੋ ਪੁੱਛਾ ਜਾਏਗਾ, ਸਰਕਲ ਇੰਚਾਰਜ, ਬੂਥ ਇੰਚਾਰਜ, ਅੱਜ ਕਿਉਂ ਨਹੀਂ ਪੁੱਛਾ? ਜੇ ਆਪ ਕਿਉਂ ਆਪਣੀ ਮਰਜ਼ੀ ਕਰ ਰਹੇ ਹੋ? ਪੁੱਛ ਕੇ ਦਿਆ ਹੈ ਸਰ। ਕਿਸ ਕੋ ਪੁੱਛ ਕੇ ਦਿਆ ਹੋਗਾ? ਕਿਸ ਕੋ ਪੁੱਛ ਕੇ ਦਿਆ ਆਪਨੇ? ਆਪਣੇ ਲੋਗੋ ਸੇ ਪੁੱਛ ਕੇ ਦਿਆ ਸਰ। ਅਰੇ, ਜੋ ਬੰਦਾ ਕਾਮ ਕਰ ਰਹਾ ਥਾ ਉਸਮੇ ਕਿਆ ਕਮੀ ਥੀ? ਯੇ ਬੰਦਾ ਕੱਲ ਕੋ ਨੌਕਰੀ ਛੋੜ ਕੇ ਆਇਆ, ਇਸਕੋ ਦੇ ਦਿਆ? ਜੋ ਬੰਦਾ 3 ਸਾਲ ਸੇ ਕਾਮ ਕਰ ਰਹਾ ਉਸਕੋ ਕਿਉਂ ਦਿਆ? ਕੌਣ ਬੰਦਾ ਕਾਮ ਕਰ ਰਹਾ ਥਾ? ਸਭੀ ਬੰਦੇ ਕਾਮ ਕਰ ਰਹੇ ਥੇ। ਕਿਸ ਕੀ ਬਾਤ ਕਰ ਰਹੇ ਹੋ? ਕਿਸ ਕੋ ਚਾਹਤੇ ਥੇ ਆਪ, ਕਿਸ ਕੋ ਟਿਕਟ ਮਿਲਣਾ ਚਾਹੀਏ? ਅਰੇ, ਵੋ ਅਵਤਾਰ ਸਿੰਘ ਕੋ ਦੇ ਦਿੱਤੇ, ਬਰਲਾਜ ਸਿੰਘ ਕੋ ਦੇ ਦਿੱਤੇ, ਭਰਪੂਰ ਸਿੰਘ ਕੋ ਦੇ ਦਿੱਤੇ, ਵੋ ਲੜਕੀ ਕੋ ਦੇ ਦਿੱਤੇ, ਕਿਸੇ ਕੋ ਦੇ ਦਿੱਤੇ? ਕਿਤਨੇ ਬੰਦੇ ਕਾਮ ਕਰਨੇ ਵਾਲੇ ਥੇ? ਆਪ ਹੀ ਲੋਕ ਤੋ ਬਤਾ ਰਹੇ ਥੇ ਕਿ ਸਾਰੇ ਬੁਰੇ ਹੈ, ਇੱਕ ਦੂਸਰੇ ਕੋ ਬਤਾ ਰਹਾ ਤੋ ਕੋਈ ਕਿਸੇ ਕੋ ਬੁਰਾ ਬਤਾ ਰਹਾ ਥਾ, ਕੋਈ ਕਿਸੇ ਕੋ ਬੁਰਾ ਬਤਾ ਰਹਾ। ਅਰੇ, ਵੋ ਤੋ ਹੈ, ਲੇਕਿਨ ਉਸ ਪਾਰਟੀ ਕੋ ਕੁਛ ਤੋ ਸੋਚਣਾ ਪੜੇਗਾ ਨਾ ਸਰ। ਜਿਸ ਦਿਨ ਖਡੂਰ ਸਾਹਿਬ ਇਲੈਕਸ਼ਨ ਹੋਈ, ਉਹ ਕਹਿੰਦੇ 10 ਬੰਦਿਆਂ ਨੂੰ ਟਿਕਟ ਦਿੱਤੀ ਜਾਊਗੀ। ਸਰ, ਇਹ ਤਾਂ ਹੈ, ਅਗਰ ਉਹ ਬੰਦਾ ਕੋਈ ਖਰਾਬ ਹੈ ਯਾ ਉਸਮੇ ਕੋਈ ਦਾਗ ਹੈ ਯਾ ਉਸਕੇ ਉੱਪਰ ਕੋਈ ਕੇਸ ਹੈ ਤੋ ਉਹ ਚੀਜ਼ ਆਪ ਦੇ ਦੋ। ਨਹੀਂ ਨਹੀਂ ਨਹੀਂ, ਕੋਈ ਐਸਾ ਕੋਈ ਪ੍ਰੂਫ ਹੋ ਆਪ ਪਹਿਲੇ, ਅਗਰ ਉਹ ਖਰਾਬ ਹੋਗਾ ਤੋ ਉਹਨਕੀ। ਹੁਣ ਤੋ ਇਹ ਗੱਲ ਦੱਸੋ, ਹੁਣ ਤੋ ਇਹ ਗੱਲ ਦੱਸੋ ਵੀ ਜਿਹੜੇ ਬੰਦੇ ਨੇ ਇਹਨਾਂ ਨਾਲ ਖਰਚਾ ਕਰ ਲਿਆ ਆਪਣੇ ਲਈ, ਵਿਚਾਰੇ ਨੇ ਰਾਤ ਦਿਨ ਇੱਕ ਕੀਤਾ ਹੈਗਾ, ਉਹ ਬੰਦੇ ਤੁਰਨਗੇ ਉਹਦੇ ਨਾਲ? ਇਸਕਾ ਮਤਲਬ ਖਰਚਾ ਕੀਆ ਥਾ ਤੋ ਟਿਕਟ ਕੇ ਲਈ ਕੀਆ ਥਾ ਫਿਰ ਸਰ? ਅਰੇ, ਤੋ ਇਹ ਨਾ ਮਤਲਬ ਪਾਰਟੀ ਲਈ ਰਾਤ ਦਿਨ ਜਿੰਨਾ ਘਰ ਛੱਡਿਆ ਹੈਗਾ, ਹੁਣ ਇਹ ਬੰਦਾ ਟਿਕਟ ਦਾ ਮਾਮਾ ਥੋੜੀ ਲੱਗਦਾ ਤੇ ਜਿਸ ਕੋ ਦੇ ਦਿਆ? ਜਲੰਧਰ ਮੈਂ ਕਾਮ ਕਰਤਾ ਥਾ ਯੇ ਸਰ, ਬਹੁਤ ਸਾਰੇ ਲੋਕ ਐਸੇ ਹੈ। ਪਰ ਨਹੀਂ, ਆਪ ਯੇ ਬਤਾਈਏ, ਜੰਡਿਆਲਾ ਚ ਸੀਟ ਹੈ ਨਾ ਯੇ? ਜੇ ਸੀਟ ਜੰਡਿਆਲਾ ਹੈ ਨਾ, ਹਾਂਜੀ ਹਾਂਜੀ, ਤੋ ਕਾਮ ਕਰਾਂਗੇ ਹੁਸ਼ਿਆਰਪੁਰ ਮੇ ਕਰ ਰਹਾ ਥਾ ਜਾ ਕਰ? ਕਹੀਂ ਇਹ ਆਦਮੀ ਜੰਡਿਆਲਾ ਕਾ ਹੀ ਹੈ ਨਾ, ਬਾਹਰ ਕਾ ਤੋ ਨਹੀਂ ਹੈ ਨਾ? ਅਰੇ ਨਹੀਂ ਨਹੀਂ, ਕਾਮ ਮੇਰੇ ਕਹਿਣੇ ਕਾ ਮਤਲਬ ਜਿਨ੍ਹਾਂ ਨੇ ਰਾਤ ਦਿਨ ਇੱਕ ਕਰ ਦਿਆ, ਰਾਤ ਦਿਨ ਇੱਕ ਕੀਤਾ, ਹੁਣ ਇਹ ਬੰਦਾ ਮਤਲਬ ਅੱਜ ਆਇਆ, ਇਹਨੇ ਜਲੰਧਰ ਕੰਮ ਕੀਤਾ, ਪਠਾਨਕੋਟ ਕੀਤਾ, ਲੁਧਿਆਣੇ ਕੀਤਾ, ਕਿੱਥੇ ਕੰਮ ਕੀਤਾ ਇਹਨੇ? ਜੰਡਿਆਲੇ ਕਿਤੇ ਕੰਮ ਕੀਤਾ ਨਹੀਂ ਇਹਨੇ ਕੋਈ? ਨਹੀਂ, ਜੰਡਿਆਲੇ ਮੈਂ ਨਹੀਂ ਕਿਹਾ, ਤੋ ਬਹੁਤ ਬੜਾ ਪੰਜਾਬ ਹੈ ਨਾ ਸਰ, ਪੰਜਾਬ ਮੈਂ ਬਹੁਤ ਜਗ੍ਹਾ ਹੈ ਕੰਮ ਕਰਨੇ ਕੀ। ਤੋ ਜਿਨ੍ਹਾਂ ਨੇ ਜੰਡਿਆਲੇ ਮੈਂ ਕੰਮ ਕੀਤਾ ਉਹਨਕੋ ਕਿਉਂ ਨਹੀਂ ਦਿਆ? ਇਹ ਵੀ ਕੋਈ ਬਾਹਰ ਕਾ ਥੋੜੀ ਹੈ, ਜੰਡਿਆਲੇ ਕਾ ਹੀ ਤੋ ਹੈ, ਪੰਜਾਬ ਕਾ ਹੀ ਤੋ ਹੈ ਸਰ, ਇਹ ਵੀ ਵਿਅਕਤੀ ਪੰਜਾਬ ਕਾ ਹੀ ਹੈ, ਬਾਹਰ ਕੇ ਨਹੀਂ ਹੈ, ਵਿਅਕਤੀ ਤੋ ਹੈ। ਲੇਕਿਨ ਜੋ ਬੰਦਾ ਕੰਮ ਕਰ ਰਿਹਾ, ਜੋ ਬੰਦਾ ਪਹਿਲਾਂ ਕੰਮ ਕਰਦਾ, ਉਹਨੂੰ ਕਿਸੇ ਦੀ ਕਾਬਲੀਅਤ ਨਹੀਂ ਸਰ। ਕਹਿ ਤੋ ਰਹਾ ਹੂੰ, ਉਹਨੇ ਵੀ ਕੰਮ ਕੀਆ ਹੈ ਪਾਰਟੀ ਕੇ ਲੀਏ, ਕੁਛ ਕੰਮ ਪਾਰਟੀ ਕੇ ਲੀਏ ਕੀਆ। ਉਸਕਾ ਕੋਈ ਤੋ ਕੰਮ ਆਪਕੋ ਨਹੀਂ ਬਤਾਇਆ ਜਾ ਸਕਤਾ ਨਾ ਹਰ ਚੀਜ਼। ਤੋ ਜੇ ਆਮ ਪਾਰਟੀ ਕਾ ਮਤਲਬ ਕਿਆ ਥਾ? ਜਬ ਪਾਰਟੀ ਸ਼ੁਰੂ ਹੋਈ ਥੀ ਤੋ ਜੇ ਕੇਜਰੀਵਾਲ ਨੇ ਝੂਠੇ ਵਾਅਦੇ ਕਿਉਂ ਕੀਆ ਕਿ ਹਮ ਆਮ ਆਦਮੀ ਕੋ ਪੁੱਛ ਕਰ ਦੇਂਗੇ, ਹਰ ਆਮ ਆਦਮੀ ਆਮ ਕੋ, ਆਜ ਆਜ ਆਮ ਆਦਮੀ ਕਹਾਂ ਚਲਾ ਗਿਆ? ਕਿਸਸੇ ਬੋਲ ਰਹੇ? ਨਹੀਂ, ਆਪ ਬੋਲ ਰਹੇ ਹੋ ਨਾ, ਆਪ ਕੋ ਪੁੱਛ ਕਰ, ਆਪ ਕੋ ਆਪ ਬੋਲ ਰਹੇ ਹੋ, ਆਪ ਕੋ ਪੁੱਛ ਕੇ ਨਹੀਂ ਦਿਆ ਜਾਏਗਾ। ਯੇ ਬਤਾਈਏ ਕਿ ਨਹੀਂ ਦਿਆ ਜਾਏਗਾ? ਪੁੱਛ ਕੇ ਹੀ ਦਿਆ ਹੈ ਸਰ, ਪੁੱਛ ਕੇ ਹੀ ਦਿਆ ਹੈ। ਅਰੇ ਬਤਾਓ ਤੁਸੀਂ ਕਿ ਨਹੀਂ ਦਿਆ ਹੈ? ਜਬ ਜਿਨ੍ਹਾਂ ਨੇ ਕਿਸ ਸੇ ਪੁੱਛਣਾ ਤੇ ਜਿਸ ਸੇ ਪੁੱਛਣੇ ਕੀ ਜ਼ਰੂਰਤ ਥੀ ਉਸ ਸੇ ਪੁੱਛਾ। ਕਿਸ ਅਬ ਆਪ ਕੋ ਆਪ ਨਹੀਂ ਨਹੀਂ ਹੋਗੇ ਤੋ ਹਮ ਕਿਆ ਕਰੇਂਗੇ? ਆਪ ਪਹਿਲੇ ਯੇ ਬਤਾਓ, ਜਬ ਜ਼ਰੂਰੀ ਥੋੜੀ ਹੈ ਸਰ ਕਿ ਹਰ ਵਿਅਕਤੀ ਵਹਾਂ ਮੌਜੂਦ ਹੀ ਥਾ, ਬਹੁਤ ਸਾਰੇ ਲੋਕ ਨਹੀਂ ਆਤੇ ਹੈ, ਆਪਕੋ ਵੀ ਨਹੀਂ ਮਾਲੂਮ ਹੋਗਾ।
तो आज आपको टिकट टिकट मिलने के बाद मालूम हो रहा है। नहीं 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 आप सुनिए 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 सुनाइए सर सुनाइए। जब रैलियों में जाते ये तो बंदा तब तो कभी दिखा नहीं, जब रैलियों में जाते थे जी, कभी मीटिंग हुई ये बंदा दिखा नहीं। तो जब मीटिंग के अंदर बताओ सर, सुनिए सुनो तो सही, एक बात तो बताओ, मतलब हम लोग जो काम कर रहे थे वो टिकट के लिए कर रहे थे क्या? तो ये टिकट का हकदार कहाँ से हो गया? कौन ये टिकट के हक, टिकट का हक क्या उसी का होता है कि जो अपना हम अपना कुछ काम करें वही हम टिकट के हकदार है, नहीं होता ना सर? तो ये तो अच्छे व्यक्ति, देखो सर करा खराब आदमी नहीं होना चाहिए, अगर आदमी खराब है ना तो फिर उसमें सोचा विचारा जाता है, अगर आदमी अच्छा है ना कहीं भी हो। हमारा मकसद क्या है, अपना सभी का मकसद क्या है, आपका भी या मेरा भी या कोई भी पार्टी का, उसी मकसद है ना कि अच्छे लोग आगे आए, है ना? अगर अच्छे लोग अगर आगे आते हैं जो चाहे जो भी हो, जब जिनों लोगों ने पार्टी स्टार्ट किया, केजरीवाल अकेले ने पार्टी स्टार्ट नहीं कर दिया, सबने मिलकर पार्टी बनाया ना। आप बात कैसे कर रहे हैं? सब ने मिलकर पार्टी बनाया ना। आप बात सुनिए, आप कैसे बात कर रहे हैं? अरे वैसे बात कर रहा हूँ, जैसा बर्ताव आपने कर रही है वैसे बात कर रहा हूँ। नहीं आप क्या कह रहे हैं, केजरीवाल केजरीवाल कर रहे हो बार बार, आप तो अरविंद जी का नाम भी ढंग से नहीं ले रहे हो। अरे उसका नाम लेने के लायक ही नहीं रहेगा तो क्या नाम लेंगे उसका? ठीक है सर, फिर जब नाम लेने के लायक नहीं रहा तो कुछ बात बंद कर दीजिए। हाँ तो फिर आप मेहरबानी करिए, फिर आप जो आप जिसका नाम आपको ठीक लगता हो उसका नाम लीजिए। ये टिकट बंद दीजिए, नहीं तो हम हंगामा करेंगे अभी इधर। हंगामा? हाँ क्या कैसे हंगामा करेंगे सर? अरे बोलेंगे सबको, इधर इकट्ठा करेंगे, सबको बताएंगे कि ये देखो ये आम आदमी पार्टी की करतूत है। ठीक है सर, इन्होंने बोला कुछ है किया कुछ है, जैसे आपकी मर्जी हो वैसे कर दीजिए। अरविंद जी वो क्या भगवान है? बिल्कुल भगवान ही है सर। कहाँ का भगवान है ये? उत्तर जब उसने भरोसा आम आदमी को दिया, आपको जो करना हो करिए करिए सर, मेहरबानी आपकी करिए।